ਕਿਹੜਾ ਦਿਨ ਚੜ੍ਹਿਆ ਪਿਆ। ਵਿਚਾਰਾ ਬਾਪੂ ਵੀ ਠੰਡ ਚ ਕੰਮ ਕਰੀ ਜਾਂਦਾ ਤੇ ਬੇਬੀ ਵੀ ਲੱਗੀ ਪਈ ਆ। ਇਹਨਾਂ ਨੂੰ ਆਏ ਨੀ ਵੀ ਆਪ ਉੱਠ ਖੜਾ, ਹਜੇ ਤੱਕ ਸੁੱਤਾ ਹੀ ਪਿਆ ਮੌਜਾਂ ਨਾਲ। ਵੀ ਦੱਸ ਆਹੀ ਤਾਂ ਤੇਰੀ ਉਮਰ ਹੈ ਇਹਨਾਂ ਨਾਲ ਹੱਥ ਵਟਾਉਣ ਦੀ, ਹੈ ਵੀ ਫੇਰ ਕਿਹਨੂੰ ਤੂੰ ਕੰਮ ਕਰਕੇ ਦਿਖਾਏਗਾ, ਮਗਰੋਂ ਚੰਗਾ ਬਣੀ ਚਾਹੇ ਮੰਦਾ ਬਣੀ। ਜਦੋਂ ਮਾਂ ਪਿਓ ਨੂੰ ਕੱਲ ਨੂੰ ਰੱਬ ਲੈ ਗਿਆ ਚੱਕ ਕੇ, ਉਦੋਂ ਸਿਆਣਾ ਬਣੇਗਾ, ਭੋਰੇ ਨੀ ਔੜਦੀ। ਚੱਲ ਮੈਂ ਠਾਉਣੀ ਆ ਜਾ ਕੇ, ਜੇ ਆਖੇ ਲੱਗੂਗਾ ਉਹਦਾ ਨੀ ਪਤਾ, ਮੇਰੇ ਗਾਲੀ ਪੈ ਜੇ ਉਹਦਾ ਨੀ ਪਤਾ, ਉੱਠ ਕੇ ਕੰਮ ਲੱਗ ਜੇ। ਮਰਜ਼ੀ ਦਾ ਮਾਲਕ ਬਾਹਲਾ, ਮੈਂ ਤਾਂ ਕੁਛ ਕਹਿ ਵੀ ਨੀ ਸਕਦੀ। ਚੱਲ ਜਦੋਂ ਉਹਦੇ ਮਾਂ ਪਿਓ ਬੈਠੇ ਉਹਨੂੰ ਟੋਕਣ ਵਾਲੇ, ਮੈਂ ਕਿਹੜਾ ਹਜੇ ਏਡੀ ਸਿਆਣੀ ਆ, ਕੰਮ ਕਰ ਲੱਭਣਾ ਉਹਨੂੰ ਬਿਠਾਇਆ ਆਉਂਗੀ। ਲੈ ਮਾਂ ਇੱਧਰ ਨੂੰ ਤੁਰੀ ਆਉਂਦੀ ਆ, ਪਤਾ ਨੀ ਮੈਨੂੰ ਕੀ ਕਹੂਗੀ। ਚੱਲ ਕੋਈ ਨਾ ਭਾਈ। ਹਾਂਜੀ ਹਾਂਜੀ ਰਲਾਤੀ ਮੈਂ। ਮੈਂ ਤੈਨੂੰ ਐ ਕਹਿੰਦੀ ਸੀ, ਹਾਂਜੀ ਨਾਲੇ ਕੱਪੜੇ ਧੋਣ ਵਾਲੇ ਪਏ ਆ, ਸਾਰੇ ਕੰਮ ਕਰਨ ਵਾਲੇ ਪਏ ਆ, ਹਜੇ ਤੂੰ ਤਾਂ ਇੱਥੇ ਕਿਹੜੇ ਵੇਲਿਆਂ ਦੀ ਲੱਗੀ ਐ। ਕੋਈ ਨਾ ਮਾਂ, ਮੈਂ ਨਾ ਵਿੱਚ ਦੀ ਬਾਪੂ ਨੂੰ ਰੋਟੀ ਫੜਾਉਣ ਲੱਗੀ ਸੀ, ਉਹ ਵੀ ਵਿਚਾਰਾ ਖੇਤ ਨੂੰ ਗਿਆ ਗਾ, ਮੈਂ ਤਾਂ ਐ ਕਹਿੰਦੀ ਸੀ। ਮੈਂ ਇਹਨਾਂ ਨੂੰ ਚਾਹ ਫੜਾ ਕੇ ਸੀ, ਹਜੇ ਤੱਕ ਸੁੱਤੇ ਹੀ ਪਏ ਆ, ਦੁਬਾਰਾ ਸੌਂਗੇ, ਵੀ ਆਹ ਉਮਰ ਚ ਸੌਣ ਵਾਲੇ ਆ ਹਜੇ। ਹੁਣ ਤੈਨੂੰ ਉਹਦਾ ਕੀ ਸਲੀਕਾ ਐ, ਸੁੱਤਾ ਪਿਆ ਜਵਾਕ ਪਿਆ ਰਹਿਣ ਤੇ ਤੂੰ ਕਾਹਦੇ ਵਾਸਤੇ ਲਿਆਂਦੀ ਐ। ਮਾਂ ਮੈਂ ਐ ਨੀ ਕਹਿੰਦੀ ਗੀ, ਉਹ ਤਾਂ ਚਲੋ ਕੋਈ ਗੱਲ ਨੀ ਪਿਆ ਰਹਿਣ ਦੋ, ਪਰ ਮੈਂ ਐ ਕਹਿੰਦੀ ਆ ਵੀ ਚੱਲ ਬਾਪੂ ਨਾਲ ਹੀ ਹੱਥ ਵੱਟ ਜਾਂਦਾ, ਖੇਤ ਚੱਲ ਘਰੇ ਤਾਂ ਉਹਨਾਂ ਨੇ ਕੀ ਕੰਮ ਕਰਨਾ। ਚੰਗਾ ਭਲਾ ਬੁੜਾ ਸਾਰਾ ਕੰਮ ਕਰ ਲੈਂਦਾ, ਬੁੜੇ ਨੂੰ ਨਾ ਲਾ ਲੁੱਤੀਆਂ, ਪਿਓ ਪੁੱਤਾਂ ਨੂੰ ਲੜਾ ਦੇਂਗੀ, ਟਿਕ ਜਾ ਤੂੰ। ਕੋਈ ਨਾ ਮਾਂ ਮੈਂ ਕਰਦੀ ਆ ਕੰਮ। ਲੈ ਦੱਸ ਮੈਂ ਕੀ ਕਹਿਤਾ ਸੀ, ਵੀ ਤੇਰਾ ਪੋਤਾ ਚਮਲਾਈ ਬੈਠੀ ਆ ਹਨਾ, ਵੀ ਦੁੱਖ ਹੀ ਦਊਗਾ ਇਦੂ ਬਾਅਦ ਚ। ਚੱਲ ਮੈਂ ਵੀ ਕੰਮ ਕਰਦੀ, ਮੇਰੇ ਫਰਜ਼ ਆ ਵੀ ਤੂੰ ਮੇਰੀ ਸੱਸ ਆ, ਉਹ ਮੇਰਾ ਪਿਓ ਆ ਹਨਾ, ਵੀ ਚੱਲ ਆਪਦੇ ਪਿਓਾਂ ਵਰਗੇ ਹੁੰਦਾ ਸਹੁਰਾ। ਮੈਂ ਤਾਂ ਕਦੇ ਹੀ ਨੀ ਮੰਨਦੀ ਵੀ ਮੇਰਾ ਮਤਲਬ ਕਿ ਸੱਸ ਸਹੁਰਾ, ਮੈਂ ਤਾਂ ਇਹੀ ਮੰਨਦੀ ਆ ਵੀ ਮੇਰੇ ਮਾਂ ਪਿਓ ਆ, ਪਰ ਆਪਦੇ ਪੁੱਤ ਨੂੰ ਵੀ ਮਾੜਾ ਮੋਟਾ ਤਾਂ ਕਹਿਣ ਉੱਠ ਕੇ, ਵੀ ਦੱਸਾਂ ਐਂ ਕਿਵੇਂ ਚੱਲੂਗਾ ਸਾਰੀ ਉਮਰ ਪੈ ਕੇ। ਚੱਲ ਕੋਈ ਨਾ ਮਣਾ, ਐਵੇਂ ਨਾ ਬੋਲ ਕੇ ਆਪਦੇ ਆਪ ਨੂੰ। ਹਏ ਚਾਹ ਪੀ ਕੇ ਫੇਰ ਸੌਂ। ਮੈਂ ਕਿਹਾ ਉੱਠੋ ਜੀ। ਹਾਂ ਉੱਠ ਖੜੋ, ਤੇ ਕੀ ਕਿੰਨਾ ਦਿਨ ਚੜਿਆ ਪਿਆ ਲਗਾ ਤਾਂ ਐ ਕਰਦੇ ਹੁੰਨੇ ਆ ਤੁਸੀਂ। ਤੇ ਚੜਿਆ ਪਿਆ ਦੇਣ ਯਾਰ, ਠੰਡ ਤਾਂ ਜਿਹੜਾ ਉੱਧਰ ਦੇਖੋ ਬਾਹਰ ਵਿੰਡੋ ਕੰਨੀ ਤੋਂ ਦੇਖੋ ਤੇ ਠੰਡ ਕਿੰਨੀ ਆ। ਠੰਡ ਤੇ ਉਹ ਸੂਰਜ ਜੀ ਨਿਕਲਦਾ ਇਹਦਾ ਮਤਲਬ ਇਹ ਥੋੜੀ ਨਹੀਂ, ਦਿਨ ਨਹੀਂ ਚੜਦਾ, ਦਿਨ ਤਾਂ ਚੜ ਹੀ ਜਾਂਦਾ ਉਹਦੇ ਟਾਈਮ ਨਾਲ। ਉਹ ਦਿਨ ਤਾਂ ਚੜਦਾ ਤਾਂ ਹੁਣ ਠੰਡ 'ਚ ਮੈਨੂੰ ਕਾਹਤੋਂ ਖਾ ਰਿਹਾ, ਕੀ ਕਰਨਾ? ਕੁਛ ਨਹੀਂ ਕਰਨਾ, ਬਾਪੂ ਦੀ ਰੋਟੀ ਫੜਾਇਆ, ਉਹ ਖੇਤ ਉਹ ਵਿਚਾਰਾ ਚਾਹ ਪੀ ਕੇ ਗਿਆ ਸੀ, ਧੋਪੀ ਨਹੀਂ ਨਾ ਥੱਕ ਗਿਆ ਸੀ। ਤੇ ਫਿਰ ਖੇਤ ਕੋਈ ਨਹੀਂ, ਆਪੇ ਆ ਜਾਊਗਾ ਲੈ ਜਾਊਗਾ, ਰੋਟੀ ਖਾਈ ਜਾਊਗਾ ਆ ਕੇ। ਜੇ ਤਾਂ ਮੈਂ ਜਾਂਦੀ ਆ ਫੇਰ ਮੈਨੂੰ ਆਂਢਣਾ ਗਵਾਂਢਣਾ ਕਹਿਣ ਲੱਗ ਜਾਂਦੇ, ਚਾਚੀ ਤਾਂ ਯਾਰ ਗਿਆ ਵੀ ਤੇਰੀ ਸੱਸ ਨੂੰ ਤੋੜਦਾ ਪਿਆ, ਕੁੜੇ ਤੂੰ ਸੋਹਣੀ ਲੱਗਦੀ ਉੱਥੇ ਖੇਤਾਂ 'ਚ ਤੁਰੀ ਫਿਰਦੀ। ਤੇ ਫਿਰ ਮੈਨੂੰ ਐਂ ਹੁੰਦਾ ਵੀ ਘਰੇ ਮਾਂ ਨੂੰ ਕੋਈ ਨਾ ਕੋਈ ਕੰਮ ਪੈ ਜਾਂਦਾ, ਹਜੇ ਮੈਂ ਕੱਪੜੇ ਧੋਣੇ ਮਸ਼ੀਨ 'ਚ ਪਾ ਕੇ ਆਈ ਹਾਂ ਕਿ ਜਿਹੜੇ ਹੱਥਾਂ ਨਾਲ ਧੋਣੇ ਫੇਰ ਮਾਂ ਮੈਂ ਪੈ ਜੂਗੀ, ਮੇਰਾ ਸੌਲ ਮਰੀਨੇ ਦਾ ਸੀ, ਉਹ ਆਏ ਨਹੀਂ ਧੋਣਾ ਸੀ, ਉਹ ਆਏ ਨਹੀਂ ਧੋਣਾ ਸੀਗਾ, ਹਜੇ ਮੈਂ ਹੱਥਾਂ ਨਾਲ ਕੱਪੜੇ ਧੋਣੇ ਆਉਂਦੇ। ਮੈਂ ਤਾਂ ਨਾ ਫਿਲਮ ਚੱਲਣ ਵਾਲੀ ਆ ਉਹ ਦੇਖੂੰਗਾ, ਤੇ ਨਾਲੇ ਠੰਡ ਲੱਗਦੀ ਆ ਮੈਨੂੰ, ਬਾਹਰ ਮੈਂ ਨਹੀਂ ਖੇਤ ਖੂਤ ਜਾਂਦਾ, ਮੈਂ ਬਿਮਾਰ ਹੋ ਗਿਆ ਝੱਕ ਹੀ ਜਾਊਂਗਾ ਇੱਥੇ, ਮੈਂ ਇੱਥੋਂ ਨਹੀਂ ਆਇਆ, ਮੈਨੂੰ ਐਂ ਠਾਇਆ ਨਾ ਕਰ ਜਿੰਨਾ ਚਿਰ ਮੈਂ ਆਪ ਨਹੀਂ ਉੱਠ ਕੇ ਆਉਂਦਾ। ਨਹੀਂ ਮੈਂ ਤਾਂ ਕੀ ਖਾਣਾ, ਮੈਨੂੰ ਐਂ ਹੁੰਦਾ ਵੀ ਚੱਲ ਟਾਈਮ ਨਾਲ ਰੋਟੀ ਪਾਣੀ ਖਾ ਲਿਆ ਕਰੋ ਥੋੜਾ, ਤਾਂ ਜਦੋਂ ਜੀ ਕਰਦਾ ਉਦੋਂ ਉੱਠਦੇ ਆ। ਤੇ ਫਿਰ ਜਦੋਂ ਮੈਨੂੰ ਮੇਰੀ ਮਾਂ ਨਹੀਂ ਕੰਮ ਨੂੰ ਕਹਿੰਦੀ, ਤੂੰ ਕੌਣ ਹੋਈ ਆ, ਅਜੇ ਸਰਦਾ ਹੈਗਾ ਘਰੇ ਖਾਣ ਨੂੰ ਹੈਗਾ ਆਟਾ, ਕੋਈ ਏਡੇ ਮਰਦੇ ਨਹੀਂ ਵੀ ਭੁੱਖੇ ਉਹ ਕਰ ਲਈਏ ਅਸੀਂ ਕੰਮ ਤੇ ਕੰਮ ਤੇ, ਨਾਲੇ ਮੈਨੂੰ ਆ ਕੇ ਠਾ ਕੇ ਇਦੂ ਬਾਅਦ ਕਦੇ ਵੀ ਨਾ ਉਹ ਕਰੀ, ਬਸ ਚਾਹ ਧਰ ਜਾ ਕਰ। ਚੱਲ ਕੋਈ ਨਾ ਜੀ, ਬਾਕੀ ਤੁਹਾਡੀ ਇੱਛਾ, ਮੈਂ ਰੋਟੀ ਪਾਣੀ ਲਿਆ ਦਾਂ ਕਿ ਸੋਣੇ ਆ ਜੀ। ਨਾ ਹਜੇ ਤਾਂ ਮੈਂ ਪਿਆਂਗਾ, ਤੂੰ ਮੈਨੂੰ ਐਂ ਕਰ ਚਾਹ ਬਣਾ ਕੇ ਰੱਖ ਦੇ, ਮੈਂ ਆ ਕੇ ਪੀ ਲੈਣਾ, ਕੋਈ ਨਹੀਂ। ਠੀਕ ਹੈ ਜੀ, ਇੱਥੇ ਲਿਆਣਾ ਕਿ ਉੱਥੇ ਬਾਹਰ? ਬਾਹਰ ਆਉਣਾ ਕੋਈ ਨਾ, ਮੈਂ ਆਪੇ ਆ ਜਾਊਂਗਾ, ਬਸ ਮੈਨੂੰ ਠਾਉਣ ਨਾ ਆਈ ਦੂ ਬਾਅਦ ਮੈਂ ਹੁਣ। ਠੀਕ ਹੈ ਜੀ, ਕੋਈ ਨਾ, ਵਗ ਜਾ ਹੁਣ। ਚੱਲ ਵਧੀਆ, ਨਾਲੇ ਤਾਂ ਮੇਰੇ ਸਾਰੇ ਕੰਮ ਹੋ ਗਏ, ਕੱਪੜੇ ਕੁੱਪੜੇ ਧੋਤੇ ਗਏ ਨੇ, ਹੱਥ ਸੇਕ ਲੈਣੀ ਆ, ਪਾਣੀ ਵੀ ਗਰਮ ਹੋ ਗਿਆ, ਹੁਣ ਤਾਂ ਉੱਠ ਹੀ ਜਾਣਗੇ, ਬਥੇਰਾ ਟਾਈਮ ਹੋ ਗਿਆ, ਐਵੇਂ ਫਿਰ ਮਾਂ ਤਾਂ ਮੈਨੂੰ ਹੀ ਟੋਕੂਗਾ, ਉਹਦੇ ਪੁੱਤ ਦਾ ਕਸੂਰ ਤਾਂ ਕੱਢਣਾ ਨਹੀਂ। ਆ ਗਏ, ਪਾਣੀ ਗਰਮ ਹੋ ਗਿਆ ਜੀ, ਨਾਲੋ ਲੈ ਪਾਣੀ ਗਰਮ ਹੋ ਗਿਆ ਕਿ ਨਾਲੋ, ਹਵਾ ਤਾਂ ਤੇਰਾ ਕਿੰਨੀ ਚੱਲੀ ਜਾਂਦੀ ਆ। ਇਹ ਤਾਂ ਚੱਲੀ ਜਾਊਗੀ, ਫਿਰ ਐ ਹੁੰਦਾ ਤੁਸੀਂ ਤਾਂ ਟਾਈਮ ਨਾਲ ਰੋਟੀ ਪਾਣੀ ਨਹੀਂ ਖਾਂਦੇ, ਚਲਾ ਦਾ ਨਾ ਨੋ ਕੇ ਫਿਰ ਬਹਿ ਜਾਓਗੇ, ਤੁਸੀਂ ਕਿਹੜਾ ਕਿਤੇ ਬਾਹਰ ਜਾਣਾਗਾ, ਹਵਾ ਚੱਲ। ਪਾਣੀ ਤੇ ਤਤਾਰ ਨੂੰ ਕੀ ਆਖਿਆ ਸੀ? ਮੈਂ ਤਾਂ ਆਪ ਹੀ ਧਰਤਾ, ਮੈਂ ਚੱਲ ਨਾਲੇ ਹੱਥ ਸੇਕ ਲੂੰਗੀ, ਨਾ ਪਾਣੀ ਗਰਮ ਕਰ ਲੂੰ। ਕੋਈ ਨਾ, ਭਾਂਡੇ ਮੁੰਡੇ ਮਾਜਣੀ, ਮੈਂ ਨਹੀਂ ਨਹਾਉਂਦਾ, ਮੈਂ ਤਾਂ ਹੱਥ ਨਹੀਂ ਨਹਾਉਂਗਾ ਜੇ ਮੈਂ ਪੈਣ ਲੱਗਾ। ਕੋਈ ਨਾ ਜੀ, ਸ਼ਾਮ ਨੂੰ ਦੁਬਾਰੇ ਕਰ ਦੂੰ, ਬਾਕੀ ਤੁਹਾਡੀ ਇੱਛਾ ਕਿਹੜਾ ਮੰਨਣੀ ਹੁੰਦੀ ਹੈਗੀ। ਰਹਿ ਨਾ ਨਾ ਛੱਡੀਆਂ ਬਿਨਾ ਕੰਮ ਤੋਂ ਬਾਲੀ ਜਾਇਆ ਕਰ, ਨਰਮਾ ਤਾਂ ਪਹਿਲੀ ਨਹੀਂ ਹੋਇਆ, ਛੱਟੀਆਂ ਇੰਨੀਆਂ ਹੈ ਨਹੀਂ ਐਤਕੀ ਹੁਣ। ਚੱਲ ਕੋਈ ਗੱਲ ਨਹੀਂ, ਹਾਂ ਇੱਥੇ ਦੇ ਨੇ ਝੋਕੇ ਤੇ ਝੋਕਾ ਵਿਹਲੀ ਬੈਠੀ ਸੇਕਣ ਨੂੰ। ਮੈਂ ਤਾਂ ਹੁਣੀ ਆਈ ਸੀ ਜੀ, ਮੈਂ ਨਾ ਕੱਪੜੇ ਧੋ ਕੇ ਤੁਹਾਨੂੰ ਦੱਸਿਆ ਸੀ, ਮੇਰੇ ਹੱਥ ਠਰ ਗਏ ਸੀ, ਮੈਂ ਚੱਲ ਨਾਲੇ ਹੱਥ ਸੇਕ। ਚੱਲ ਚੰਗਾ, ਹੁਣ ਚਾਹ ਲਿਆ। ਚਾਹ ਲਿਆ ਦਿੰਦੀ ਹਾਂ। ਲਿਆ ਹੁਣ ਚਾਹ, ਪਤਾ ਨੀ ਆਂਢ ਗਵਾਂਢ ਚ ਜਦੋਂ ਸਾਰਿਆਂ ਦੇ ਰੋਟੀ ਬਣ ਗਈ ਉਦੋਂ ਚਾਹ ਲੈ ਕੇ ਆਓ। ਆ ਲਓ ਜੀ ਚਾਹ ਪੀਓ। ਉਹ ਮਾਂ ਵੀ ਆਈ ਜਾਂਦੀ ਹੈ ਜੀ। ਆ ਜਾ ਮਾਂ, ਬਹਿ ਜਾ, ਸੇਕ ਲਾ ਤੂੰ ਵੀ। ਲੈ ਕੱਲੀ ਚਾਹ ਧਰ ਗਈ ਤੈਨੂੰ, ਹੋਰ ਵੀ ਬਿੱਲ ਹੈ, ਕੱਲੀ ਚਾਹ ਹੀ ਧਰ ਗਈ, ਐ ਨੀ ਵੀ ਬੰਦਾ ਖਾਊਗੀ। ਲੈ ਮੇਰਾ ਪੁੱਤ ਬਿਸਕੁਟਾਂ ਨਾਲ ਪੀਊਗਾ ਚਾਹ, ਇਹਨਾਂ ਨੇ ਭੋਰਾ ਸੋਹਣੀ ਚਾਹ ਪਾਣੀ ਕਰ।
चौधर करी सारा दिन तू कहा कर काम कर बथेरा कही नहीं मेनू तो गोल दी नहीं मस्ती पई है काम नहीं करा दे फिर अं बिगड़ दया ने है सारा दिन चौधर से मैं फैल चौधर लोहड़ी वेले जाके होर कोई इथे आपदा समान दे गया ठीक है कि नहीं भेज दे उथो भी सिखी सिखाई आंदी होर हूं ए मस खा की भेज दी हां उथे करी जाने भित भित मावा तीन यही तो है फिर चल मैं कर हूं इधर हो जाए रजाई च बैठी होकन सुकन लगी ना ओ कहनी कम हाँ कह दे कपड़े पैसे होने तो तू ना ठंडे पानी हथ लबेड़ा कर भाभी भाभी गल सुनी एक मिनट मैं तो ना थोड़े घरी आया सी काला घरी आता घरी आगा मैं तो कहती सी भी ओ तो जेह जा घरे है जेह जा ना है सानू तो अणहोया वर्गा लगन लग गया हूं हूं भाई वो तो थोड़े घर का मसला है मैं की कर सकता करना तो तू की है भाई जो तेरे स्पेयर पार्ट का समान लैन जाना तेरी एडी वड्डी शॉप है उन्होंने भी देख के माड़ी मोटी मत तो आनी चाहिए आ भी मेरे चाचे ताए के मुंडे कामयाब हो ही जाते हैं जो माड़ा मोटा मैं काम नू कहनी हूं तेन पता मैं तो बोलनी कितने दिन का मूहरे कह सत्त किले आ जट को सत्त किलिया का की करेंगे भाभी खाब वाले वे है मैं ना 20 बारी समझा के देख लिया मैं जो उन्होंने कम लवादा मैनू कहना किन्ने के पैसे देने गाले मैं दस हूं आही शहर दुकाना से ही कम मिलते हैं 10-12 हज़ार रुपये महीने तनखा मिलती है कहना जिमीदारा मुंडे 10-12 हज़ार से कम करा मैं फिर भाई बापू नाल खेती संभाल ला कहना हूं मैं पढ़ लिख के खेती करूंगा वो तो किसी पासे नहीं लोट आता है वो तो ऐ भालदा भी महीने का 1-1.5 लाख रुपया घरे आ काम मैं फिर करा अज के टाइम चाहे जे पैसे कितों मिल जाएंगे निकल जूगा माड़ा मोटा रस्सा फड़ किते नहीं निकलदा ऐ तां विश्वास है मैनू ते रब जिड्डा ठीक है ना इह जी गल तां उहने कदे नहीं कीती बस उहनू ऐ हुंदा वी जे कम करां तां वधिया करां नहीं मैं तां करे ही ना बोली फिर मेनू कहूगा बाली सियानी बन लग जांदी मेरी मां बनदी आ ठीक है ना भी उथे जे रह कर जिथे जे तू हैगी मेनू ठाउण आ गया नाले तो प्यो नाले समझा दे उन अंदर ही पिया हो मेरी गल सुन बंटू आए ना कह दी भी मेनू भाभी काम नू कहदी फिर मेरे गल पै जू देख जे जिमीदारा दे मुंडे हो काम करन दा कोई मेहना नहीं हुंदा गा जे काम कर लोगे भी चार पैसे आउणगे जिहड़ी जमीन आ ओह तां जिहड़ा उहने देणी आ भौं देणी हैगी हुण ते जिहड़ा आपदी मेहनत आ भाई ओह भी रंग लैके आउंदी हुंदी आ हर कोई कहिंदा सता जट्टां सता दिहाड़ी नहीं करदे सता काम नहीं करदे फिर की हुंदा पैसे नाल पैसा जुड़दा हुंदा है नहीं वह तो तेरी गल सियानी है मेहनत का कोई मेहना नहीं हुंदा है चल कोई गल नहीं फिर मैं काले नाल गल करदा नहीं तेरा ना लैंदा चंगा चंगा क्यों उठ पिया सरकार बस उठ पिया नहाओ की सलाह जी कर दे माड़ा जिहा धुप जी निकलिया नहावांगे हजे की है तड़के नाल ही हुण शाम तां होण वाली है ठंडी बड़ी वध गई यार नहा के करेंगा भी की मैं तां इह कहिंदा सी मैं कम चलिया सी मेरे नाल तू भी चल पा किथे मंडी जांदा सी नाले ना मैं कम दा पता कीता सी ਵਧੀਆ 15,000 ਰੁਪਏ ਤਨਖਾਹ ਦਿੰਦੇ ਆ ਵੇਲਾ ਤੁਰਿਆ ਫਿਰਦਾ ਉੱਥੇ ਲੱਗ ਜਾ ਉਹ 15,000 ਚ ਕੀ ਬਣਦਾ ਯਾਰ ਇੰਨੇ ਨਾਲ ਕਿੱਥੇ ਟਾਈਮ ਪਾਸ ਹੋਊਗਾ ਇਹਦੂ ਤਾਂ ਘਰੀ ਜੰਗੇ ਆ ਫਿਰ ਉਹ ਨਾਂ ਨਾਲ ਦਾ ਚੰਗਾ ਹੀ ਆ ਕੋ 15,000 ਤਾਂ ਘਰੇ ਆਊਗਾ ਹੁਣ ਵੇਲਾ ਘਰੇ ਖਾਈ ਇਹਨਾਂ ਦੱਸ ਐ ਕੀ ਲੋਟ ਆਊਗਾ ਕੰਮ ਉਹ ਕੰਮ ਤਾਂ ਲੋਟ ਨਹੀਂ ਆਊਗਾ ਪਰ ਮੈਂ ਇੰਨੇ ਘੱਟ ਪੈਸੇ ਦੇ ਰੂੰ ਸੰਗ ਜੀ ਲੱਗਦੀ ਆ ਕੰਮ ਕਰਦੀ ਕੰਮ ਦਾ ਕੋਈ ਮੇਣਾ ਨਹੀਂ ਹੁੰਦਾ ਹੈਗਾ ਮੇਣਾ ਹੁੰਦਾ ਚੋਰੀ ਯਾਰੀ ਦਾ ਦਸਾਂ ਨੋਹਾਂ ਦੀ ਕਮਾਈ ਕਰ ਉਹਦਾ ਕੋਈ ਮੇਣਾ ਨਹੀਂ ਕੋਈ ਸੰਗ ਨਹੀਂ ਹੁੰਦੀ ਹੈਗੀ रिश्तेदारी चो पहने सरीके चो है भाई लगदा तेरा ताया सारा दिन काम करदा खेत च रुलदा रहिंदा पशुआं वांगू ना तां तू खेत काम करवाउणा ना तू कोई 10-15 हज़ार रुपए ते लगदा तू करेगा की ओह दस दे सानू मैं तां देखदा सी यार नहीं गाणा जां होर करांगे ਓਹੋ ਸਲਾਹਾਂ ਜੀ ਕਰੀ ਜਾਂਦੇ ਉਹ ਗਾਣੇ ਤਾਂ ਦੇਖ ਕਾਲੇ ਕਿਸਮਤਾਂ ਦੀਆਂ ਗੱਲਾਂ ਨੇ ਚੱਲਣੇ ਨਾ ਚੱਲਣੇ ਫਿਰ ਦੇਖ ਲੈ
पैसा भी कोलों लगता गाना केड़ा उही हो जांदा पैसा तो फिर हुण लावांगी कहना मैं बापू नूं करूंगा गल मर्जी है भरावा साडा तो हक समझाउण दा सी फिर तू जांदा नहीं मेरे नाल ना ना भाई मेरा नहीं लूटना यार ना ही मैं इन्ने पैसे ते मैं लगा जे घट्टो घट तनखा हुई 25-26 हज़ार फिर तो लगा कुछ बचे भी गड्डी दे भी जाया करांगे हुण ठंड है ओ इन्नी तनखा काले कित्थों मिल जूगी तैनूं पता कम धंधे सारयां दे मंदे आ अगला भी की करे यार हुण तैनू 25-26 हज़ार रुपया दू कोई रखूगा तो अगले ने भी कोई कमाई होवे कम धंधे सारयां दे मंदे आ ना खरीदण वाले कोल कुछ पैसा हैगा ना बेचण वाले कुछ हैगा कोल ओ फिर 15-15 हज़ार वाले तां उही जम बट लैंदे यार की फायदा एवें उत्ते कहाई जावे नाल किसे थल्ले लग के कम जावे इत्थों नहीं हुंदा चल यार मर्जी है अपनी अपनी सोच है जो बंदे ने घर चलाना होंदा ना फिर थले भी लगना पै जांदा होंदा है जो कोई बंदा आपदे स्टैंड ते हो जांदा उदो चल ओह जिहा कम कीता जांदा फिर अपना हजे एडा कोई भी आए भी नहीं हैगा भी ढोल चो कणक मुक गई अपना डंग लैंदा हजे चल भरावा तेरी तां सोच ही पुठी है चल फिर मैं चलदा यार है ठीक है भाई चंगा ठीक है ओके मासी जी गोली बजी आ मासी तो ठीक ही होंगी मासी ठंड का करके पुछदे सुन भी ठंड है ठंडा हुना बिच तुरिया फिर ਵਧੀਆ ਮਾਸੀ ਤਾਂ ਹਰੀ ਕਾਇਮ ਬਾਈ ਕਿਵੇਂ ਆ ਠੀਕ ਹੈ ਵਧੀਆ ਹੋਰ ਭੈਣ ਨਹੀਂ ਦਿੰਦੀ ਕਿੱਧਰ ਭੱਜ ਗਈ ਇੱਥੇ ਫਿਰਦੀ ਹੂ ਕੰਮ ਧੰਦਾ ਕਰਦੀ ਹਾਂ ਤੇਰੇ ਕਿਵੇਂ ਆਉਣੇ ਹੋਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਭੈਣ ਵਧੀਆ ਬਾਈ ਬਹਿ ਜਾ ਹੋਰ ਕਦੋਂ ਕਾਏ ਸੀਗੇ ਹੁਣ ਹੀ ਆਇਆ ਮੈਂ ਮਾਸੀ ਬੈਠੀ ਸੀ ਮਾਸੀ ਜੀ ਨਾਲ ਗੱਲਾਂ ਕਰਨ ਲੱਗ ਗਿਆ ਮੈਂ ਅੱਛਾ ਅੱਛਾ ਚੱਲ ਵਧੀਆ ਸਾਡੇ ਪੁੱਛਣ ਲੱਗ ਗਿਆ ਮੈਂ ਨਾ ਇੱਥੇ ਤੁਹਾਡੇ ਮੋਟਰਸਾਈਕਲ ਲੈਣਾ ਸੀ ਮੋਟਰਸਾਈਕਲ ਦੇਖਣ ਆਇਆ ਸੀ ਅੱਛਾ ਅੱਛਾ ਮੈਂ ਕਿਹਾ ਚੱਲ ਜਾਂਦੇ ਹੋਏ ਭੈਣ ਕਰੇ ਵੀ ਜਿਹੜਾ ਮਾਰ ਹੀ ਆਈ ਚੱਲ ਵਧੀਆ ਕੀਤਾ ਵੀਰੇ ਮੁੜਾਂਗੇ ਹੋਰ ਕਿਵੇਂ ਆ ਸਾਰੇ ਪਿੰਡ ਠੀਕ ਆ ਸਾਰਾ ਠੀਕ ਆ ਸਾਰਾ ਠੀਕ ਆ ਜਵਾਬ ਚੱਲੇ ਠੀਕ ਆ ਭਾਬੀ ਠੀਕ ਆ ਸਾਰੇ ਠੀਕ ਆ ਸਾਰੇ ਚੱਲ ਵਧੀਆ ਕੀਤਾ ਵੀਰੇ ਆ ਗਿਆ ਤੂੰ ਬੈਠ ਮੈਂ ਤੇਰੇ ਵਾਸਤੇ ਨਾ ਚਾਹ ਬਣਾ ਕੇ ਲਿਆਉਣੀ ਆ ਚਾਹ ਨਾ ਕਰਿਓ ਮੈਂ ਜਾਣਾ ਮੋੜਨਾ ਜਲਦੀ ਮੈਂ ਘਰੇ ਸ਼ਾਮ ਨੂੰ ਉੱਤੋਂ ਧੁੰਦਾ ਟਾਈਮ ਆ ਅੱਛਾ ਅੱਛਾ ਵੀਰੇ ਤੇ ਮੈਂ ਜਾਣਾ ਚਾਹ ਤੋਂ ਦੀ ਕੋਈ ਲੋੜ ਨਹੀਂ ਕੋਈ ਨਾ ਵੀਰੇ ਠੰਡ ਆ ਗਈ ਪੀ ਕੇ ਬਗਦੀ ਚਾਹ ਮੈਂ ਘੁੱਟ ਕੇ ਹੁਣ ਬਣਾ ਦਿੰਨੀ ਆ ਨਹੀਂ ਭੈਣੇ ਮੈਂ ਫੇਰ ਆਉਂਗਾ ਅੱਜ ਮੈਂ ਮੋਟਰਸਾਈਕਲ ਦਾ ਫੇਰ ਆਜੂ ਦੁਬਾਰੇ ਮੈਂ ਕੋਈ ਨਾ ਗੇੜਾ ਮਾਰੂੰਗਾ ਫੇਰ ਪੀ ਜੂ ਮੈਂ ਕੋਈ ਨਹੀਂ ਪੀਂਦਾ ਕੀ ਜ਼ਰੂਰੀ ਆ ਚਾਹ ਨਾ ਕੋਈ ਨਾ ਮਾਂ ਮੈਂ ਨਹੀਂ ਕਰਦੀ ਵੀਰੇ ਉਹ ਗੱਲ ਕਰ ਲੈ ਨਾ ਮੰਮੀ ਨਾਲ ਮਾਸੀ ਜੀ ਤੁਸੀਂ ਜੀ ਕਾਲੇ ਨੂੰ ਮਾੜਾ ਮੋਟਾ ਕੰਮ ਤੇ ਲਾਓ ਜੀ ਕੰਮ ਕੁਮ ਨਹੀਂ ਕਰਦਾ ਮੈਂ ਸੁਣਿਆ ਜਮੇ ਤੁਰਿਆ ਫਿਰਦਾ ਇੱਥੇ ਬਿੱਲਾ ਕਾਤਾ ਨਹੀਂ ਕਰਦਾ ਕੰਮ ਮੇਰਾ ਪੁੱਤ ਸਾਰਾ ਕੰਮ ਕਰਦਾ ਤੈਨੂੰ ਕੀ ਨੇ ਕਹਿਤਾ ਨਹੀਂ ਮਾਸੀ ਸਾਨੂੰ ਤੁਹਾਡੇ ਪਿੰਡ 'ਚ ਰਿਪੋਰਟਾਂ ਜਾਂਦੀਆਂ ਫੇਰ ਹੀ ਸਾਨੂੰ ਪਤਾ ਲੱਗਦਾ ਨਾ ਮੇਰੇ ਕੋਲ ਲਿਆ ਕਿਹੜਾ ਕਹਿੰਦਾ ਪਿੰਡ 'ਚ ਕੰਮ ਨਹੀਂ ਕਰਦੇ ਦੇਖੋ ਮਾਸੀ ਜੇ ਹੋਰ ਸਾਡਾ ਕੰਮ ਤੁਸੀਂ ਕਰਕੇ ਜਾਂਦੇ ਹੋ ਤਾਂ ਜੋ ਵਾਲਾ ਕਹਿੰਦਾ ਤੁਸੀਂ ਕੰਮ ਤਾਂ ਦੇ ਲਾਓ ਕੱਲ ਨੂੰ ਇਹਨਾਂ ਨੇ ਗਾਹਾਂ ਵੀ ਵਧਣਾਗਾ ਥੋੜੀ ਕੁੜੀ ਨੂੰ ਕੀ ਨਹੀਂ ਮਿਲਦਾ ਰੋਟੀ ਮਿਲ ਜਾਂਦੀ ਹੈ ਸਾਰਾ ਕੁਝ ਮਿਲ ਜਾਂਦਾ ਚੌਧਰ ਕਰਦੀ ਹੈ ਤੁਹਾਡੀ ਕੁੜੀ ਸਾਡੇ ਘਰੇ ਅਸੀਂ ਅੱਜ ਚਾਹੇ ਸਾਡੀ ਮੇਰੀ ਭੈਣ ਚੌਧਰ ਕਰਦੀ ਹੈ ਰੋਟੀ ਮਿਲਦੀ ਹੈ ਸਾਨੂੰ ਪਤਾ ਹੈ ਪਰ ਕੰਮ ਤਾਂ ਜ਼ਰੂਰੀ ਹੈ ਮਾਸੀ ਜਿੰਨਾ ਚਿਰ ਤੁਸੀਂ ਬੈਠੋ ਦੇ ਜਾਂਦੇ ਮੇਰਾ ਪੁੱਤ ਲੀਡਰੀ ਨਾ ਚੱਲੇ ਨਾ ਹੀ ਨਾ ਮੈਂ ਚੱਲਣਾ ਨਾ ਮੇਰਾ ਪੁੱਤ ਚੱਲੇ ਲੀਡਰੀ ਕਿਸੇ ਨੂੰ ਮੈਂ ਕਰਨ ਦੀ ਲੋੜ ਨਹੀਂ ਮੇਰੇ ਪੁੱਤ ਤੇ ਲੀਡਰੀ ਕਿੱਦਾਂ ਭਣੇ ਤੇ ਮੈਂ ਫੇਰ ਆਉਂਗਾ ਕੱਲ ਨੂੰ ਨਾਲੇ ਮੈਂ ਚਾਹ ਪਾਣੀ ਪੀ ਲੂ ਨਾਲੇ ਮੈਂ ਦੁਬਾਰੇ ਆਉਂਗਾ ਨਾਲੇ ਮੈਂ ਸਮਝਾ ਦੂੰ ਬਾਈ ਨੂੰ ਚੰਗਾ ਕੋਈ ਨਾ ਵੀਰੇ ਸਤਿ ਸ਼੍ਰੀ ਅਕਾਲ ਲੈ ਆ ਗਿਆ ਲੀਡਰੀ ਕਰਨ ਆਕੇ ਮੈਂ ਮੋਟਰਸਾਈਕਲ ਦੇਖਣ ਆਇਆ ਲੋੜੀ ਸੀ ਨਾ ਮਾਰ ਰੋੜੀਆਂ ਖਿੰਡ ਗਈਆਂ ਚੱਕ ਲੈਂਦੀ ਕਿੱਥੇ ਕੋਈ ਨਾ ਭਰਾ ਦੀਆਂ ਉਹ ਤਾਂ ਇੱਥੇ ਪਿੰਡ 'ਚ ਹੀ ਆਇਆ ਸੀ ਤਾਂ ਜੋ ਆਪਣੇ ਘਰੇ ਆ ਗਿਆ ਫਿਰ ਉਹ ਕਿਹੜਾ ਮੇਰਾ ਘਰ ਚੱਕ ਲੈ ਇੱਥੇ ਤੇ ਹਾਰ ਦਾ ਦੀਂਦਾ ਹੀ ਹੁੰਦਾ ਹਾਈ ਇਹੋ ਜੇ ਸੜੇ ਮਾਂ ਫਿਰ ਹੁਣ ਉਹਨਾਂ ਨੂੰ ਮੈਂ ਕੀ ਕਹਾਂ ਜਿਹੇ ਜੇ ਸਰਦਾ ਵਰਦਾ ਉਹ ਜਾ ਜਾਂਦੇ ਹਜੇ ਤੇ ਇੱਥੇ ਤਿਆਰ 'ਚ ਦਿਨ ਪਏ ਆ ਕੀ ਪਤਾ ਉਹ ਕਹਿੰਦਾ ਤਾਂ ਹੈਗਾ ਮੈਂ ਕੱਲ ਨੂੰ ਮੇਰੇ ਪੁੱਤ ਨੂੰ ਲੀਡਰੀ ਕਰਵਾਉਣ ਦੀ ਮਾਰੀ ਉੱਥੇ ਗੱਲਾਂ ਦੱਸਣ ਜਾਂਦੀ ਆ ਮੇਰੇ ਪੁੱਤ ਦਾ ਕੀ ਹੱਕ ਹੈ ਨਾ ਲੀਡਰੀ ਕਰਨ ਦਾ ਮਾਂ ਮੈਂ ਤਾਂ ਉਹ ਕਹਿਤਾ ਸੀ ਮਾਂ ਮਾੜਾ ਮੋਟਾ ਕਹਿ ਦਿਓ ਵੀ ਸਾਰੀ ਉਮਰ ਹੀ ਪਈ ਆ ਕਾਹਤੋਂ ਆਏ ਤੁਸੀਂ ਤੇ ਹਜੇ ਫਿਰ ਉਹਦੀ ਸਾਰੀ ਉਮਰ ਹੀ ਪਈ ਆ ਕੰਮਾਂ ਨੂੰ ਨਿਆਣਾ ਹੈਗਾ ਉਹ ਤੂੰ ਕਰਾ ਮੈਂ ਕੀ ਕੰਮ ਕਹੋ ਕਰੋਂਗੇ ਨਹੀਂ ਮਾਂ ਉਹ ਤਾਂ ਕੌਣ ਆਪਦੇ ਘਰ ਤਾਂ ਹੁੰਦਾ ਨਹੀਂ ਉਹਨਾਂ ਤੋਂ ਕੀ ਹੋ ਗਿਆ ਮਾਂ ਕੁਝ ਨਹੀਂ ਹੋਇਆ ਜੀ ਕਿਉਂ ਰੌਲਾ ਹੈ ਭਾਈ ਨੇ ਕੀ ਹੋਇਆ ਕੌਣ ਆਇਆ ਸੀ ਵੇ ਆਇਆ ਸੀ ਨੱਤੀਆਂ ਜਿਹਾਂ ਨਹੀਂ ਪਾਈਆਂ ਦੇ ਅੱਛਾ ਸਿਉਣੇ ਦੇ ਦੰਦ ਜੇ ਲੱਗਿਆ ਜਿਹਦੇ ਅੱਛਾ ਅੱਛਾ ਸਾਲਾ ਤੇਰਾ ਇੱਥੇ ਕੋਈ ਦੇਖਣ ਦੁਖਣ ਆਇਆ ਪਿੰਡ 'ਚ ਆਈਆਂ ਆਇਆ ਸੀ ਖਾਲੀ ਹੱਥ ਨਹੀਂ ਜਿਵੇਂ ਸਾਈਕਲ ਦੇਖਣ ਆਇਆ ਸੀ ਵੀਰਾ ਤਾਂ ਜੀ ਅੱਛਾ ਮੋਟਰਸਾਈਕਲ ਦੇਖਣ ਆਇਆ ਸੀ ਅਕੇ ਮੈਂ ਭੈਣ ਦੇ ਘਰੇ ਵੀ ਜਾਇਆ ਮਾਂ ਤੇ ਆ ਉਹਨੂੰ ਦੱਸਿਆ ਹੀ ਇਹਨੇ ਦੱਸਦਾ ਵੀ ਕਾਲਾ ਕੰਮ ਨਹੀਂ ਕਰਦਾ ਮੇਰੇ ਤੇ ਆ ਕੇ ਲੱਗ ਗਿਆ ਚੌਧਰ ਚਲਾਉਣ ਲੈ ਵੀ ਤੂੰ ਕੰਮ ਲਾ ਕੇ ਜਾਵੇਂਗਾ ਕਾਲੇ ਨੂੰ ਤੈਨੂੰ ਉੱਥੇ ਗੱਲਾਂ ਕਰਨ ਦੀ ਕੀ ਲੋੜ ਆ ਨਹੀਂ ਜੀ ਮੈਂ ਤਾਂ ਉਹ ਕਹਿਤਾ ਸੀ ਮਾਂ ਚਲੋ ਆਪਣੇ ਵਾਸਤੇ ਕੰਮ ਕਰ ਲੋ ਤੇ ਪਰ ਮੈਨੂੰ ਨਹੀਂ ਪਤਾ ਸੀ ਵੀਰਾ ਮੰਮੀ ਨੂੰ ਐ ਵੀ ਕਹਿ ਜੂਗਾ ਬੈਠਾ ਬੈਠਾ ਐ ਵੀ ਜੇ ਤੂੰ ਦੱਸਦੀਆਂ ਗੱਲਾਂ ਫੇਰ ਹੀ ਕਹੀਆਂ ਜੇ ਘਰੋਂ ਗੱਲ ਜਾਂਦੀ ਹੁੰਦੀ ਐ ਫੇਰ ਬਾਹਰ ਜਾਂਦੀ ਹੁੰਦੀ ਐ ਜੇ ਆਪਾਂ ਘਰੋਂ ਗੱਲ ਕੱਢਾਂਗੇ ਨਾ ਉਹ ਬਾਹਰ ਫੇਰ ਫਿਰ ਜਾਂਦੀ ਐ ਹੁਣ ਅੱਜ ਤੋਂ ਬਾਅਦ ਮੋਬਾਈਲ ਚੱਕਣਾ ਤੇਰਾ ਬੰਦ ਆ ਸਾਰੀਆਂ ਗੱਲਾਂ ਤੂੰ ਉੱਥੇ ਦੱਸਦੀਆਂ ਸਾਡੇ ਘਰ ਦੀਆਂ
नहीं जी कोई गल नहीं दस दी, मैं तो उही कहता सी, मैनू आए सी चल आए किन्ना चिर बैठे रहोगे, जे हुणी आदत पऊगी कल नू कोई बच्चा हो जूगा फिर ही अपना घर गृहस्थी अगे चलूगा, भी फिर ही कुछ जोड़ांगे, जे तुसी आए बैठे रहोगे बापू ही सिर ते छड्ड रखिया तुसी तां सारा कम। बापू जी का जोड़े खांदे हुंदे ने पुत, पहला मां प्यो दे सिर ते जिन्ना चिर मां प्यो जिउंदा ना उन्ना चिर धीआं पुत न्याणे हुंदे आ, ओह मां धीआं पुत बुढ़े हो जाण, जवाक भी पालांगे सब कुछ करांगे कबीरदारी भी चलावांगे, तैनू कहां तेरे पेके चला के जाणगे उन्हां दस दी। चल कोई ना मां, मैं तो अपना घर आपका सोच के ना बस ऐ सोच लिया सी भी सानू भी कम करना चाहिए, मैं तो यह भुल गई सी मां प्यो भी बैठा गा, नहीं बोलिया कर दी, हुण मैनू माफ कर दो, अज तो बाद मैं कुछ नहीं बोलदी। नाल साडे घर लीडरी है किसे दी, अजे मूरो हो करदी ओ, तो तू ऐ दा की कहना सी भी चल ठीक आ जा गल्लां उधर करदी है, असी नहीं किसे लीडरी चलदे करदी आ बेइज्जतियां, बेबे समझा इनू चंगी तरह, नाले मेरा मोबाइल जा भांडदा मुड़ के उरी जे मैं कई बार समझाती है भी मोटे दिमाग दी लगदी है मेनू, ता माड़ा मोटा हो करया करे नू, मोटे दिमाग दी लगदी है मेनू ता, भी मैं कहा भी नहीं करदी गल बाहर करदे हुंदे, मां चलो ता हैगे आ जाय जे हैगे नहीं कम करदे माड़ा मोटा तुसी ता कह दिया करो, बस कह दिया करो। ਕੀ ਕਰੀ ਜਾਂਦੀ ਹੁਣ ਇੱਥੇ? ਕੁਛ ਨੀ ਮਾਂ, ਮੈਂ ਤਾਂ ਸੰਨੀ ਜੀ ਕਰਕੇ ਆਈ ਸੀ। ਹਜੇ ਸੰਨੀਆਂ ਹੀ ਕਰੀ ਜਾਂਦੀਆਂ ਕਿਹੜੇ ਮਾਂ ਦੀ? ਕੋਈ ਨਾ ਮਾਂ, ਜਦੋਂ ਮੈਂ ਕੁਛ ਕਾਲੇ ਨੂੰ ਕਹਿੰਦੀ ਹਾਂ ਜਾਂ ਸੋਨ ਨੂੰ ਕਹਿੰਦੀ ਹਾਂ ਵੀ ਉਹਨੂੰ ਕੰਮ ਬਾਰੇ ਕਹਿ ਦੋ, ਤੁਸੀਂ ਕਾਹਤੋਂ ਇੰਨਾ ਚਮਲਾ ਰੱਖਿਆ ਗਾ ਉਹਨੂੰ, ਮੈਂ ਚੰਗੇ ਹੀ ਕਹਿੰਦੀ ਹਾਂ ਕਿ ਤੁਸੀਂ ਤਾਂ ਸਾਰੇ ਮੈਨੂੰ ਹੀ ਬੋਲਣ ਲੱਗ ਜਾਂਦੇ ਹੋ। ਮੈਂ ਤਾਂ ਚਮਲਾ ਆਊਂਗੀ ਸਾਰਾ ਕੁਛ ਕਰੂੰਗੀ, ਅੱਗੇ ਤੇਰੇ ਭਰਾ ਤੋਂ ਲੀਡਰੀ ਕਰਵਾਤੀ ਲਿਆ ਕੇ, ਨਾਲੇ ਨਾ ਉਹਨਾਂ ਨੂੰ ਜੇ ਕੋਈ ਗੱਲ ਦੱਸੀ ਹੈ ਖਬਰਦਾਰ ਮੈਂ ਤੁਹਾਨੂੰ ਸਾਨੂੰ ਬੁਲਾਉਣ ਦੀ ਕੋਸ਼ਿਸ਼ ਨਾ ਕਰੀ। ਕੋਈ ਨਾ ਮਾਂ, ਨਹੀਂ ਦੱਸਦੀ ਅੱਗੇ ਤੋਂ ਕੋਈ ਗੱਲ ਨਹੀਂ, ਮੈਥੋਂ ਗਲਤੀ ਹੋ ਗਈ। ਲੱਗ ਗਿਆ ਹੱਥ ਜੇ ਬੰਨਣ ਆ ਕੇ ਲੈ ਕੇ, ਕਾਲੇ ਨੂੰ ਮਾਸੀ ਕੰਮ ਲਾ ਲਓ, ਕਿਉਂ ਕਾਲੇ ਦਾ ਕੰਮ ਉਹ ਕਰਕੇ ਜਾਂਦਾ। ਮਾਂ ਮੈਂ ਤਾਂ ਬਾਪੂ ਕੋਲੇ ਵੀ ਨਹੀਂ ਕਦੇ ਗੱਲ ਕੀਤੀ ਗੀ, ਤੇ ਕਦੇ ਮੈਂ ਐ ਨਹੀਂ ਸੋਚਿਆ ਵੀ ਤੁਸੀਂ ਮੈਨੂੰ ਬਗਾਨੇ ਹੋ, ਕਦੇ ਮੈਂ ਕੋਈ ਫਰਕ ਨਹੀਂ ਸਮਝਿਆ, ਫਿਰ ਤੁਸੀਂ ਕਾਹਤੋਂ ਆਪਦੇ ਪੁੱਤ ਦੀ ਇਕੱਲੇ ਦਾ। ਬਾਪੂ ਕਾਲੇ ਦਾ ਪਿਓ ਐ, ਜੇ ਬਾਪੂ ਕਰ ਲੂਗਾ ਫਿਰ ਕੀ ਬਾਪੂ ਕੀ ਘਰ ਦਾ ਕੰਮ ਕਰਦਾ। ਚੱਲ ਠੀਕ ਆ ਮਾਂ, ਅੱਗੇ ਤੋਂ ਮੈਂ ਨਹੀਂ ਕੋਈ ਕਿਸੇ ਦੀ ਲੀਡਰੀ ਕਿਉਂ ਕਰਾਉਣੀ ਐ? ਮਾਂ ਨਹੀਂ ਕਰਦੀ ਮੈਂ ਲੀਡਰੀ ਅੱਗੇ ਤੋਂ, ਨਹੀਂ ਕਰਦੀ ਲੈ, ਮੈਂ ਤਾਂ ਗੱਲ ਦਾ ਹੀ ਹਰਖਾ ਹੀ ਜਾਂਦਾ ਗਾ। ਕੋਈ ਨਾ ਜੀ, ਗਲਤੀਆਂ ਵੀ ਇਨਸਾਨਾਂ ਤੋਂ ਹੀ ਹੁੰਦੀਆਂ, ਚੱਲ ਮੈਥੋਂ ਗਲਤੀ ਹੋ ਗਿਆ, ਉਹਦੇ ਪੇਕੇ ਗੱਲ ਕੀਤੀ ਗਈ ਵੀ ਇਹ ਕੰਮ ਨਹੀਂ ਕਰਦਾ, ਖਣੀ ਮੈਂ ਆਪਦੇ ਘਰ ਵਾਰ ਵਾਰ ਛੇਤੀ ਸੋਚਣ ਲੱਗ ਗਈ ਸੀ, ਮੈਥੋਂ ਹੀ ਗਲਤੀ ਹੋ ਗਈ, ਮੈਂ ਉੱਥੇ ਵਾਰੀ ਵਾਰੀ ਮਾਫ਼ੀ ਮੰਗਦੀ। ਏਦੂ ਬਾਅਦ ਜੇ ਕਿਤੇ ਮੈਨੂੰ ਬਾਹਰ ਕੰਦ ਕਰਦੀ ਹੈਗੀ ਨਾ, ਆ ਤਾਂ ਫੜ ਕੇ ਗੁੱਦਣੀ ਤਾਂ ਬਾਹਰ ਕੱਢ ਦੂੰ ਧੱਕਾ ਦੇ ਕੇ। ਵੇ ਕਾਲੇ, ਵੇ ਕਾਲੇ ਕੀ ਹੋ ਗਿਆ ਮਾਂ, ਕੌਣ ਰੌਲਾ ਪਾਈ ਜਾਂਦੀ ਹੈ? ਕਿੱਧਰ ਤਿਆਰਦੇ ਹੋਇਆ ਫਿਰਦਾ, ਮੇਰਾ ਸਿਰ ਫੁੱਟੀ ਜਾਂਦਾ ਨਾ, ਮੇਰਾ ਤਾਂ ਬਲੱਡ ਵਧਿਆ ਪਿਆ, ਮੈਨੂੰ ਕੋਈ ਡਾਕਟਰ ਨੂੰ ਲਿਆ, ਮੈਂ ਟੀਕਾ ਟੱਲਾ ਲਵਾ ਲਾਂ ਕੋਈ। ਉਹ ਕਿਹੜਾ ਡਾਕਟਰ, ਹੁਣ ਮੈਨੂੰ ਨਹੀਂ ਪਤਾ, ਮੈਂ ਤਾਂ ਉਹ ਆ ਰਹੇ ਨੇ ਗੱਡੀ ਲੈ ਕੇ ਤੇ ਜਾਣਾ ਫਿਲਮ ਦੇਖ ਕੇ ਨੇ ਮਾਨਸਿਕ ਤਾਂ। ਵੇ ਕਿਹੜੀਆਂ ਫਿਲਮਾਂ, ਤੂੰ ਮੈਨੂੰ ਕੋਈ ਗੋਲੀ ਗੂੜੀ ਲਿਆ ਕੇ ਦੇ ਜਾ, ਮੇਰਾ ਬਲੱਡ ਵਧ ਜਾਊਗਾ। ਮੈਨੂੰ ਨਹੀਂ ਪਤਾ ਮਾਂ, ਇਹ ਤੁਹਾਡੇ ਕਿਤੇ ਮੈਥੋਂ ਨਹੀਂ ਲੋਟ ਆਉਂਦੇ, ਤੇਰਾ ਰੋਜ਼ ਕਰੇ ਸਿਰ ਦੁੱਖਦਾ। ਆਈ ਨਹੀਂ ਪਤਾ ਆਉਂਦੇ ਨੂੰ ਮਾਂ ਮਰ ਜੇ ਬਲੱਡ ਵਧ ਜੇ। ਕੋਈ ਗੋਲੀ ਲਿਆ ਕੇ ਰੱਖੇਗਾ ਡਾਕਟਰ ਤੋਂ, ਹੁਣ ਐਨ ਮੌਕੇ ਤੇ ਜਾ ਮੇਰੀ ਦਵਾਈ ਮੁੱਕੀ ਪਈ ਆ, ਮੈਂ ਡਾਕਟਰ ਨੂੰ ਫੋਨ ਕਰਨਾ ਸੀ, ਘਰੇ ਫੜਾ ਜੂਗਾ ਦਵਾਈ ਦਾ ਉਹ। ਮੈਨੂੰ ਨਹੀਂ ਪਤਾ, ਮੈਂ ਜਾਣਾ ਮੈਂ ਲੇਟ ਆਉਂ, ਖੜੇ ਬਾਹਰ ਚ ਫੋਨ ਕਰੀ ਜਾਂਦੇ ਨੇ, ਲੈ ਦੀ ਦਵਾਈ ਅਜੇ ਪਈ ਉਹ ਗੋਲੀ ਗਾਲੀ ਚੱਕ ਲਈ। ਕਰ ਲਾ ਹਿਸਾਬ ਲੈ, ਇਹਨਾਂ ਤਾਂ ਫਿਲਮਾਂ ਜ਼ਰੂਰੀ ਹੋ ਗਈਆਂ, ਮੇਰੀ ਗੋਲੀ ਪੂੜੀ ਨਹੀਂ ਜ਼ਰੂਰੀ ਹੋਈ। ਮਾਂ ਕੀ ਹੋ ਗਿਆ, ਤੁਸੀਂ ਕੀ ਕਰਦੀ ਆ? ਆਏ ਹਾਏ ਕੁੜੇ, ਮੈਂ ਮਾਂ ਦਾ ਤਾਂ ਬਲੱਡ ਵਧਿਆ ਪਿਆ ਹੈ, ਤਾਂ ਬਾਲਾ ਚੜਿਆ ਪਿਆ ਮੈਨੂੰ। ਹਾਂ ਮਾਂ, ਤੈਨੂੰ ਤਾਂ ਬਾਲਾ ਬੁਖਾਰ ਹੋਇਆ ਪਿਆ, ਫਿਰ ਤੂੰ ਬੈਨੀ ਕਾਹਤੋਂ, ਨਾਲੇ ਬਿੰਦੇ ਝੱਟੇ ਕੱਪੜਾ ਲਾਉਣੀ ਆ, ਇੱਥੇ ਪੈ ਜਾ, ਨਾਲੇ ਤਾਂ ਮੈਂ ਤੈਨੂੰ ਗਰਮ ਜੀ ਚਾਹ ਬਣਾ ਕੇ ਲਿਆਉਣੀ ਆ। ਤਾਂ ਹੁਣ ਆਈ ਜਾਂਦੀਆਂ, ਬੁਖਾਰ ਹੀ ਹੋਇਆ ਪਿਆ, ਨਾਲੇ ਮੈਂ ਗੋਲੀ ਲਿਆ ਦਿੰਨੀ ਆ, ਕੋਸੇ ਕੋਸੇ ਪਾਣੀ ਨਾਲ ਲੈ ਕੇ ਪੈ ਜਾ, 13 ਘੰਟਾ ਕੰਬਲ ਲੈ ਕੇ ਪੈ ਜਾ ਤੇ ਆਰਾਮ ਕਰ ਲਾ, ਮੈਂ ਤੇਰੀ ਲੱਤਾਂ ਲੁੱਤਾਂ ਮੰਡ ਦਿੰਨੀ ਆ। ਇਹ ਕਿੱਧਰ ਨੂੰ ਵਾ ਕੇ ਕਹਿਣਾ ਸੀ, ਦਵਾਈ ਨੂੰ ਕਹਿ ਦੇਣਾ ਸੀ ਫਿਰ। ਕਹੇ ਤਾਂ ਅਸੀਂ ਕੁੜੇ ਅੱਖ ਹੀ ਨਹੀਂ ਲੱਗਿਆ, ਲੈ ਕਹਿੰਦਾ ਮੈਂ ਤਾਂ ਫਿਲਮ ਦੇਖਣ ਜਾਣਾ। ਚੱਲ ਕੋਈ ਨਾ ਮਾਂ, ਉਹਨਾਂ ਨੇ ਤਾਂ ਆਪਦੀ ਮਰਜ਼ੀ ਕਰਨੀ ਹੁੰਦੀ ਆ, ਤੁਸੀਂ ਕਿਉਂ ਟੈਨਸ਼ਨ ਲੈਤੀ, ਐਵੇਂ ਜੇ ਉਹਨਾਂ ਦੀ ਗੱਲ ਦੀ ਟੈਨਸ਼ਨ ਲਓਗੇ ਨਾ ਜ਼ਿਆਦਾ ਢਿੱਲੇ ਹੋ ਜਾਓਗੇ, ਪੈ ਜਾਓ ਆਰਾਮ ਕਰ ਲਓ, ਨਾਲੇ ਮੈਂ ਲੱਤਾਂ ਵੰਡ ਦਿੰਦੀ ਹਾਂ, ਨਾਲੇ ਮੈਂ ਗੋਲੀ ਲਿਆ ਦਿੰਦੀ ਹਾਂ, ਹੋਰ ਕੰਬਲ ਲੈ ਲਓ ਉੱਤੇ, ਐਵੇਂ ਬਿੰਦੇ ਝੱਟੇ ਬੈਠੋ ਜੇ ਨਾ, ਫਿਰ ਹਵਾ ਲੱਗੀ ਹੋ, ਫਿਰ ਬੁਖਾਰ ਤਾਂ ਵਾਰੀ ਵਾਰੀ ਚੜ੍ਹ ਜਾ ਕਰੂਗਾ, ਫਿਰ ਮੈਂ ਚਾਹ ਬਣਾ ਕੇ ਲਿਆ ਦਿੰਦੀ ਹਾਂ ਪੁੱਤ। ਹੋਰ ਲੈ, ਮੈਨੂੰ ਅੱਖ ਲੱਗ ਗਈ ਚਾਹ ਤਾਂ ਇੱਥੇ ਰੱਖ। ਮਾਂ ਮੰਮੀ ਆ ਗੋਲੀ ਲੈ ਲਓ ਤੁਸੀਂ। ਆਏ ਹਾਏ ਲਿਆ, ਆ ਲੈ ਫੜ ਗੋਲੀ ਲਿਆ, ਬਸ ਬਸ ਮੈਂ ਤੁਹਾਡਾ ਨਾਲ ਤਾਂ ਲੱਤਾਂ ਮੰਡ ਦਿੰਦੀ ਹਾਂ, ਨਾਲੇ ਹੁਣ ਹਵਾ ਨਾ ਲਵਾਏ, ਹੋਰ ਬੈਠੀ ਹਾਂ ਤੁਹਾਡੇ ਕੋਲ।
ਆਲੇ ਨੂੰ ਕਹਿ ਦੇਣਾ ਸੀਗਾ। ਫਿਰ ਮੈਂ ਆਏ ਸੀ ਵੀ ਚੱਲ ਕਾਹਨੂੰ ਕਹਿਣਾ ਗਾ ਪਾਕਾ ਹਜੇ ਵਿਚਾਰਾ ਲਿਆਉਣ ਦੀ ਹਜੇ ਕੀ ਪਿਆ ਗਾ ਇੰਨਾ ਖਿਆਲ ਰੱਖਣ ਦਾ। ਕਿਹਾ ਬਾਪੂ ਜੀ ਖਿਆਲ ਰੱਖਣ ਵਾਸਤੇ ਮੈਂ ਹੈਗੀ ਨਾ ਹੀ ਉਹਦੀ ਵਿਚਾਰੇ ਦੀ ਉਮਰ ਆ ਕੰਮ ਕਰਨਾ ਸੀ। ਹਜੇ ਉਹਨੂੰ ਦਵਾਈ ਬਾਰੇ ਕੀ ਪਤਾ ਗਾ। ਬੁਖਾਰ ਉਤਰ ਗਿਆ ਹੁਣ? ਮੈਨੂੰ ਤਾਂ ਜਦ ਤੂੰ ਗੋਲੀ ਦੇਤੀ ਨਾ ਮੈਨੂੰ ਤਾਂ ਪਤਾ ਹੀ ਨੀ ਲੱਗਾ, ਇੰਨੀ ਭੈੜੀ ਨੀਂਦ ਆਈ ਮੈਨੂੰ ਤਾਂ। ਚੱਲ ਕੋਈ ਨਾ ਮਾਂ ਤੂੰ ਠੀਕ ਹੋ ਗਈ ਨਾ, ਮੇਰੇ ਲਈ ਤਾਂ ਇੰਨੇ ਹੀ ਵਾਧੂ। ਤੇ ਫਿਰ ਤੂੰ ਆਪਦੇ ਰੂਮ ਚ ਜਾ ਕੇ ਪੈ ਜਾਂਦੀ, ਤੂੰ ਬਿਨਾਂ ਲੀੜੇ ਤੋਂ ਇੰਨੀ ਠੰਡ ਸੀਗੀ ਇੱਥੇ ਪੈ ਗਈ ਤੂੰ। ਮਾਂ ਮੈਨੂੰ ਆਏ ਨਾ ਫਿਕਰ ਸੀਗਾ ਤੇਰਾ ਵੀ ਜੇ ਕਿਤੇ ਬੁਖਾਰ ਜ਼ਿਆਦੇ ਹੋ ਗਿਆ ਜਾਂ ਕੋਈ ਹੋਰ ਗੱਲ ਹੋ ਗਈ ਮੈਂ ਉੱਧਰ ਜਾ ਕੇ ਸੌਂ ਜਾ, ਉੱਧਰ ਮੈਂ ਮੁੜ ਕੇ ਉੱਠਾਣਾ ਤੇ ਤੂੰ ਬਾਹਲੀ ਢਿੱਲੀ ਹੋ ਗਈ, ਰਾਤ ਨੂੰ ਕਿਵੇਂ ਜਾਵਾਂਗੇ ਕੀ ਕਰਾਂਗੇ ਨਾ ਹੀ ਪਤਾ ਲੱਗਣਾ ਅੱਡ ਅੱਡ ਰੂਮ ਚ। ਤਾਂਹੀਓ ਮੈਂ ਇੱਥੇ ਬੈਠੀ ਰਹੀ ਸੀ ਤੇ ਮੇਰੀ ਵੀ ਮਾੜੀ ਜਿਹੀ ਅੱਖ ਲੱਗ ਗਈ, ਬਸ ਮੈਨੂੰ ਪਤਾ ਨੀ ਲੱਗਿਆ। ਉੱਤੋਂ ਤਾਂ ਢਿੱਡੋ ਜੰਮਿਆ ਮੈਨੂੰ ਗੋਲੀ ਨੀ ਦੇ ਗਿਆ, ਤੂੰ ਮੇਰੇ ਤੇ ਇੰਨਾ ਤਰਸ ਖਾਦਾ। ਮਾਂ ਫਿਰ ਤੂੰ ਕਿਹੜਾ ਮੇਰੀ ਸੱਸ ਆ ਮੇਰੀ ਮਾਂ ਗੀ, ਮੈਂ ਹਮੇਸ਼ਾ ਚੰਗੇ ਹੀ ਤਾਂ ਤੈਨੂੰ ਕਹਿੰਦੀ ਆਈ ਆਂ ਵੀ ਜੇ ਉਹ ਤੇਰਾ ਨੀ ਖਿਆਲ ਰੱਖਦਾ ਤੇ ਉਹ ਤੁਹਾਡੇ ਬੁੱਢੇ ਹੋਇਆਂ ਦਾ ਕਿੱਥੋਂ ਖਿਆਲ ਰੱਖੂਗਾ, ਨਾਲੇ ਆਪਦੀ ਸਿਹਤ ਦਾ ਉਹਨੂੰ ਭੋਰਾ ਖਿਆਲ ਨੀ। ਹੁਣ ਤਾਂ ਸਾਰਾ ਦਿਨ ਆਇਆ ਹੁੰਦਾ ਵੀ ਮੈਂ ਤੁਰਿਆ ਫਿਰਾਂ ਯਾਰਾਂ ਦੋਸਤਾਂ ਕੋਲੇ ਕੁਛ, ਤੁਸੀਂ ਉਹਨੂੰ ਚਮਲਾਈ ਬੈਠੇ ਹੋ ਵੀ ਸਾਡੇ ਕੱਲਾ ਪੁੱਤਾ ਕੰਮ ਨਾ ਕਰੋ। ਮੈਂ ਤਾਂ ਤੁਹਾਡੇ ਚੰਗੇ ਵਾਸਤੇ ਕਹਿੰਦੀ ਸੀ ਮਾਂ, ਮੈਂ ਆਪਦੇ ਵਾਸਤੇ। ਉਹਦੀ ਕਰਤੂਤ ਦਾ ਤਾਂ ਮੈਨੂੰ ਹੁਣੇ ਪਤਾ ਲੱਗਿਆ ਪੁੱਤ, ਤੂੰ ਐਡੀ ਚੰਗੀ, ਮੈਂ ਤੈਨੂੰ ਮੈਨੂੰ ਐਵੇਂ ਰੁੱਖਾ ਬੁਲਾਈ ਗਿਆ ਤੈਨੂੰ। ਚੱਲ ਕੋਈ ਨਾ ਮਾਂ, ਉਹਦੇ ਵਿੱਚ ਉਹਦਾ ਵੀ ਕੋਈ ਦੋਸ਼ ਨਹੀਂ ਹੈਗਾ। ਜੇ ਤੁਸੀਂ ਉਹਨੂੰ ਲਾਡ ਨਾ ਰੱਖਦੇ ਹੋ ਮਾੜਾ ਮੋਟਾ, ਉਹਨੂੰ ਉਵੇਂ ਸਮਝਾਓ ਤਾਂ ਉਹ ਵੀ ਆਪੇ ਸੁਧਰੂਗਾ, ਇਹ ਨਹੀਂ ਵੀ ਉਹੀ ਰਹੂਗਾ। ਜਿਹੜਾ ਪੁੱਤ ਆਪਾਂ ਪਹਿਲਾਂ ਲਾਡ ਕਰ ਲੈਂਦੇ ਆ ਨਾ, ਉਹ ਆਪਾਂ ਨੂੰ ਦੁੱਖ ਦੇਣ ਲੱਗ ਜਾਂਦਾ ਮਾਂ ਕਰੋ। ਤੇ ਹੋਰ ਮਾਂ, ਜਦੋਂ ਉਹ ਸੋਡਾ ਨਹੀਂ ਬਣਿਆ ਤੇ ਮੈਂ ਤਾਂ ਸੱਤ ਬਗਾਨੀ ਆ, ਮੇਰਾ ਕਿੱਥੋਂ ਬਣ ਜਾਊਗਾ? ਗੋਲੀ ਦਿੱਤੇ ਬਗੈਰ ਅਈ ਭੱਜ ਗਿਆ ਰਾਤ, ਖਣੀ ਕਿੰਨੇ ਕੁ ਵਜੇ ਆਇਆ ਕਿੰਨੇ ਕੁ ਵਜੇ ਨਾ ਆਇਆ, ਹੁਣ ਮੌਜਾਂ ਨਾਲ ਸੁੱਤਾ ਪਿਆ ਉਹ ਤਾਂ। ਉਹਨੂੰ ਕਿਹੜਾ ਫਿਕਰ ਆ ਮੇਰੀ ਮਾਂ ਢਿੱਲੀ ਆ ਗਈ। ਸੁੱਤਾ ਪਿਆ ਗਾ? ਹਾਂ ਮਾਂ ਸੁੱਤਾ ਪਿਆ ਤਾਂ। ਚੱਲ ਠਾਲਾ ਉਹਨੂੰ, ਹੁਣ ਕੰਮ ਕਰਾਇਆ ਕਰਾਂਗੇ ਤਾਂ। ਕੋਈ ਨਾ ਮਾਂ, ਜੇ ਤੁਸੀਂ ਕਹਿੰਦਾ ਨਾ ਮੈਨੂੰ ਤਾਂ ਐਂ ਲੱਗਦਾ ਵੀ ਆਪਾਂ ਕਿਹੜਾ ਉਹ ਤੋਂ ਕੰਮ ਕਰਾਉਣਾ, ਬਸ ਆਪਾਂ ਤਾਂ ਉਹਨੂੰ ਸਿੱਧੇ ਰਾਹ ਤੇ ਲੈ ਕੇ ਆਉਣਾ ਵੀ ਭਾਈ ਸਿੱਧਾ ਕੰਮ ਕਰਿਆ ਕਰ, ਘਰ ਬਾਰ ਦਾ ਤੇ ਖਿਆਲ ਰੱਖਿਆ ਕਰ। ਹੁਣ ਆਪਾਂ ਰਲ ਮਿਲ ਕੇ ਸਾਰਾ ਉਹਨੂੰ ਸਿੱਧੇ ਲੈਣ ਤੇ ਲਾਵਾਂਗੇ। ਕੋਈ ਗੱਲ ਨੀ ਮਾਂ, ਤੁਸੀਂ ਆਰਾਮ ਕਰੋ, ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਆ। ਚੱਲ ਮੈਂ ਪੈਂਦੀ ਆ। ਚੰਗਾ ਕਰ ਲਿਆ ਚਾਹ, ਪੈ ਜਾ ਮਾਂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ, ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ। ਇੱਕ ਤਾਂ ਅਸੀਂ ਵੀਡੀਓ ਵਿੱਚ ਇਹੀ ਸਿੱਖਿਆ ਦਿੱਤੀ ਆ ਕਿ ਜੇ 7 ਸਾਲ ਦੀ ਨੂੰਹ ਨੂੰ ਕੰਮ ਕਾਰ ਵਾਸਤੇ ਕਹਿ ਸਕਦੀ ਉਹਨੂੰ ਬਗਾਨੀ ਸਮਝ ਕੇ ਤੇ ਆਪਦੇ ਪੁੱਤ ਨੂੰ ਵੀ ਉਹ ਇੰਨਾ ਨਾ ਚਮਲਾਵੇ। ਕਈ ਵਾਰ ਆਪਦੇ ਪੁੱਤਾਂ ਤਾਂ ਅਗਲਾ ਚਮਲਾਈ ਲੈਂਦਾ ਹੁੰਦਾ ਤੇ ਨੂੰਹ 'ਚ ਕਸੂਰ ਕੱਢਣ ਲੱਗ ਜਾਂਦੇ ਹੁੰਦੇ ਆ। ਗਲਤੀ ਆਪਦਿਆਂ ਵਿੱਚ ਵੀ ਹੁੰਦੀ ਆ ਤੇ ਬਗਾਨੇ ਤਾਂ ਆਪਦੇ ਬਣ ਜਾਂਦੇ ਆ ਤੇ ਆਪਦਿਆਂ 'ਚ ਅਗਲਾ ਹਮੇਸ਼ਾ ਐਂ ਸਮਝਦਾ ਇਹ ਤਾਂ ਆਪਦੇ ਆ, ਪਰ ਆਪਦੇ ਕਈ ਵਾਰ ਨਾ ਵਾਰ ਕਰ ਜਾਂਦੇ ਹੁੰਦੇ, ਆਪਦੇ ਵੀ ਨਹੀਂ ਆਪਦੇ ਹੁੰਦੇ। ਸੋ ਸਮਝ ਕੇ ਭਰੋਸਾ ਕਰਿਆ ਕਰੋ। ਸਤਿ ਸ਼੍ਰੀ ਅਕਾਲ, ਧੰਨਵਾਦ।